ਸ਼ਿਕਲ ਪੰਜਾਬ ਇੱਕ ਬਹੁਤ ਵੱਡੀ ਅਪਡੇਟ ਹੈ ਕਿ ਵੀ ਜਿਹੜਾ ਪੀਐਸ ਟੈਟ ਸੀ ਉਹ ਹੁਣ ਦੁਬਾਰਾ ਤੋਂ ਕੰਡਕਟ ਕਰਵਾਇਆ ਜਾਏਗਾ ਪੀਐਸ ਟੈਟ 2023 ਹੈ ਨਾ ਇਹਦੇ ਵਿੱਚ ਜਿਹੜਾ ਸਾਰਾ ਪੇਪਰ ਹੋਇਆ ਹੈ ਟੈਟ ਵਾਲਾ ਕਿੰਨਾ ਘਰਾਮਲਾ ਹੋ ਗਿਆ ਹੈ ਨਾ ਜੇ ਗੱਲ ਕਰੀਏ ਐਸਐਸਟੀ ਦੀ ਆਨਸਰਸ ਇਸ ਤਰ੍ਹਾਂ ਦਿਖੇ ਸਾਨੂੰ ਕਿ ਮਤਲਬ ਪਹਿਲੇ ਹੀ ਹਾਈਲਾਈਟ ਹੋਏ ਪੇ ਬੋਲਡ ਦੇ ਵਿੱਚ ਆਨਸਰ ਦਿਖੇ ਨੇ ਸਾਫ਼-ਸਾਫ਼ ਜਿਹੜਾ ਵੈ ਕੁਐਸ਼ਨਸ ਹੈ ਹੈ ਨਾਲ-ਨਾਲ ਆਨਸਰ ਵੀ ਸਾਨੂੰ ਉੱਥੇ ਹਾਈਲਾਈਟਡ ਦਿੱਤੇ ਪਏ ਨੇ ਠੀਕ ਹੈ ਤੇ ਇਸ ਤਰ੍ਹਾਂ ਪੇਪਰ ਹੁੰਦਾ ਹੈ ਕੱਲ ਦਾ ਬੱਚਿਆਂ ਨੇ ਬਹੁਤ ਜ਼ਿਆਦਾ ਰੋਸ ਜਿਹੜਾ ਪ੍ਰਗਟ ਕੀਤਾ ਹੈ ਨਾ ਬਹੁਤ ਜ਼ਿਆਦਾ ਗੁੱਸਾ ਜਿਹੜਾ ਸੀ ਬੱਚਿਆਂ ਦੇ ਵਿੱਚ ਵੇਖਿਆ ਗਿਆ ਕਿ ਇਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਕੋਈ ਮਤਲਬ ਇੱਕ ਸਰਕਾਰ ਜਾਂ ਕੋਈ ਮਤਲਬ ਪੇਪਰ ਫਿੱਟ ਕੀਤਾ ਜਾਂਦਾ ਤੇ ਇੰਨੀ ਵੱਡੀ ਮਤਲਬ ਕਿੰਨੀ ਵੱਡੀ ਜਿਹੜੀ ਕੇਅਰਲੈਸਨੈਸ ਕਿਸ ਤਰ੍ਹਾਂ ਕੋਈ ਵੱਧ ਸਕਦਾ ਤੇ ਉਸ ਦੇ ਉੱਪਰ ਅੱਜ ਪੰਜਾਬ ਦੇ ਐਜੂਕੇਸ਼ਨਲ ਮਿਨਿਸਟਰ ਨੇ ਇੱਕ ਟਵੀਟ ਕੀਤਾ ਹੈ ਭਈ ਟਵੀਟ ਕਰਕੇ ਉਹਨੇ ਕਿਹਾ ਹੈ ਜੋਸ ਥਿੰਗ ਬੈਸ ਜਿਹਨੇ ਟਵੀਟ ਕੀਤਾ ਤੇ ਉਹਨੇ ਕਿਹਾ ਕਿ ਜੀਐਨਡੀਯੂ ਹੈਜ਼ ਰਿਗਰਟਿਡ ਇਹਨਾਂ ਨੂੰ ਪਛਤਾਵਾ ਹੈ ਕਿ ਜੋ ਵੀ ਹੋਇਆ ਉਹ ਗਲਤ ਹੋਇਆ ਇੱਕ ਮਿਸਟੇਕ ਹੋਈ ਹੈ ਇਹ ਜਿਹੜੀ ਮਿਸਟੇਕ ਹੋਈ ਹੈ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਭਈ ਉਹਨਾਂ ਦੇ ਅਗੇਂਸ ਜਿਹੜੇ ਐਕਸ਼ਨ ਲਏ ਜਾਣਗੇ ਤੇ ਨਾਲ ਦੇ ਨਾਲ ਜਿਹੜਾ ਪੀਐਸ ਟੈਟ ਦੁਬਾਰਾ ਤੋਂ ਕੰਡਕਟ ਕਰਵਾਇਆ ਜਾਏਗਾ ਇਹ ਪੇਪਰ ਦੁਬਾਰਾ ਹੋਏਗਾ ਹੁਣ ਜਿਹੜਾ ਇਹ ਪੇਪਰ ਹੈ ਇਹਦੇ ਉੱਪਰ ਕੋਈ ਵੀ ਜਿਹੜੀ ਫੀਸ ਹੈ ਹਨਾ ਉਹ ਐਕਸਟਰਾ ਚਾਰਜ ਨਹੀਂ ਕੀਤੀ ਜਾਏਗੀ ਤੁਸੀਂ ਫਾਰਮਸ ਆਪਣੇ ਫਿਲ ਕੀਤਾ ਸੀ ਜਦੋਂ ਫੀਸ ਤੁਸੀਂ ਫਿਲ ਕਰ ਦਿੱਤੀ ਹੈ ਫੀਸ ਜਿਹੜੀ ਤੁਸੀਂ ਸਬਮਿਟ ਕਰ ਦਿੱਤੀ ਹੈ ਉਹ ਹੁਣ ਤੁਹਾਨੂੰ ਦੁਬਾਰਾ ਤੋਂ ਸਬਮਿਟ ਨਹੀਂ ਕਰਨੀ ਪਵੇਗੀ ਮਤਲਬ ਕੀ ਹੈ ਪੀਐਸਟ ਦੁਬਾਰਾ ਹੋਏਗਾ ਪਰ ਤੁਹਾਨੂੰ ਕੋਈ ਵੀ ਫੀਸ ਜਿਹੜੀ ਹੈ ਹੁਣ ਫਿਲ ਨਹੀਂ ਕਰਨੀ ਪਵੇਗੀ ਬਟ ਗੱਲ ਇਹ ਹੈ ਕਿ ਕਿਆ ਸਟੂਡੈਂਟ ਸੈਟੀਸਫਾਈਡ ਹੋਗੇ ਨੇ ਇਸ ਚੀਜ਼ ਦੇ ਨਾਲ ਐਜੂਕੇਸ਼ਨ ਮਿਨਿਸਟਰ ਨੇ ਐਜੂਕੇਸ਼ਨਲ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਨੇ ਦਾਵਾ ਵੀ ਕੀਤਾ ਕਿ ਅੱਗੇ ਚੱਲ ਕੇ ਇਸ ਤਰ੍ਹਾਂ ਦੀ ਮਿਸਟੇਕ ਨਹੀਂ ਹੋਏਗੀ ਕੀ ਤੁਸੀਂ ਸਾਰੇ ਸੈਟੀਸਫਾਈਡ ਹੋ ਗਏ ਹੋ ਇਹ ਬੱਚਿਆਂ ਲਈ ਸੋਖਾ ਨਹੀਂ ਹੈ ਉਹਨਾਂ ਦੇ ਕਿਰਾਇਆ ਨਹੀਂ ਲੱਗਦਾ ਕਿਰਾਇਆ ਵੀ ਤਾਂ ਬਹੁਤ ਵੱਡੀ ਗੱਲ ਹੈ ਕਿੱਥੇ ਕਿੱਥੇ ਸੈਂਟਰ ਬੰਦਦਾ ਹੈ ਕੁਝ ਬੱਚੇ ਪਿੰਡਾਂ ਤੋਂ ਹੁੰਦੇ ਪਿੰਡਾਂ ਤੋਂ ਅੰਮ੍ਰਿਤਸਰ ਜਾਂਦਾ ਪਿਆ ਕੋਈ ਜਲੰਧਰ ਜਾਂਦਾ ਪਿਆ ਕੋਈ ਕਿਤੇ ਪੇਪਰ ਦੇਣ ਜਾਂਦਾ ਵਾ ਠੀਕ ਹੈ ਨਾ ਉਹਦੇ ਪੈਸੇ ਲੱਗਦੇ ਨਹੀਂ ਉਹਦੇ ਮਤਲਬ ਥੋੜਾ ਜਿਹਾ ਉਹਨੂੰ ਇਨਕਨਵੀਨੀਅੰਸ ਹੁੰਦੀ ਹੈ ਕਈ ਸਟੂਡੈਂਟਸ ਜਿਹੜੇ ਨੇ ਉਹ ਹੱਲੇ ਪ੍ਰਾਈਵੇਟ ਸਕੂਲਸ ਦੇ ਵੀ ਟੀਚ ਕਰਦੇ ਨੇ ਹੈ ਨਾ TET ਦਾ ਪੇਪਰ ਦੇਣ ਤੋਂ ਪਹਿਲੇ ਕੁਝ ਬੱਚੇ ਨੇ ਜਣ B.Ed ਕੀਤੀ ਹੋਈ ਪ੍ਰਾਈਵੇਟ ਸਕੂਲਸ ਤੇ ਟੀਚ ਕਰਦੇ ਨੇ ਕਿਤਨੇ ਕਿਤੇ ਕੋਈ ਕੋਈ ਨਾ ਕੋਈ ਜੋਬ ਕਰਦੇ ਪਏ ਸੰਡੇ ਸੀ ਸੰਡੇ ਦੇ ਵਿੱਚ ਬਹੁਤ ਕੁਝ ਸੋਚਿਆ ਉਹਨਾ ਬਹੁਤ ਸਾ स्टूडेंट्स ਨੇ ਬੜਾ ਬੜਾ ਕੁਝ ਸੋਚਿਆ ਉਹਨਾ ਬਟ ਹਾ ਆਪਣਾ ਪੇਪਰ ਦੇ ਲਈ ਇੱਕ ਦਿਨ ਜਿਹੜਾ ਸੈਪਰੇਟ ਰੱਖਿਆ ਗਿਆ ਉਸ ਦਿਨ ਜਾਇਆ ਗਿਆ ਤੇ ਇੰਨੀ ਵੱਡੀ ਜਿਹੜੀ ਇਹ ਪ੍ਰੋਬਲਮ ਜਿਹੜੀ ਪੇਪਰ ਦੇ ਵਿੱਚ ਦਿਖਣ ਨੂੰ ਮਤਲਬ ਵੇਖਣ ਨੂੰ ਮਿਲੀ ਸਾਨੂੰ ਇਹ ਗਲਤ ਸੀ ਸਰੋਸਾਂ ਦਾ ਕੀ ਕਹਿਣਾ ਮੈਂ ਜਰੂਰ ਸਾਨੂੰ ਜੋ ਹੈ ਕਮੈਂਟ ਕਰਕੇ ਦੱਸਿਓ ਤੇ ਬਈ ਇੱਕ ਬਹੁਤ ਵੱਡੀ ਅਪਡੇਟ ਹੈ ਕਿ ਜਿਹੜਾ ਪੀਐਸ ਟੈਟ ਹੈ ਹੁਣ ਦੁਬਾਰਾ ਕੰਡਕਟ ਹੋਏਗਾ ਹੁਣ ਦੇਖਣਾ ਇਹ ਹੈ ਕਿ ਜਿਹੜਾ ਪੇਪਰ 1 ਸੀ ਕਿ ਆ ਉਹ ਵੀ ਦੁਬਾਰਾ ਕੰਡਕਟ ਹੋਏਗਾ ਜਾਂ ਪੇਪਰ 2 ਜਿਹੜਾ ਵਾ ਉਹ ਵੀ ਦੁਬਾਰਾ ਕੰਡਕਟ ਹੋਏਗਾ ਪੇਪਰ 2 ਤਾਂ ਦੁਬਾਰਾ ਕੰਡਕਟ ਹੋਏਗਾ ਐਸਐਸਟੀ ਦਾ ਫੋਰ ਸ਼ੋਰ ਬਟ ਕੀ ਇਹਨਾਂ ਦਾ ਸਾਇੰਸ ਤੇ ਮੈਥ ਦਾ ਕੰਬੀਨੇਸ਼ਨ ਸੀ ਕਿ ਆ ਉਹਨਾਂ ਦਾ ਵੀ ਦੁਬਾਰਾ ਤੋਂ ਕੰਡਕਟ ਹੋਏਗਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਿਲਕੁਲ ਹੀ ਕਲੀਅਰ ਹੋ ਜਾਏ ਹੋ ਜਾਣੀ ਹੈ ਜਦ ਤੱਕ ਕੋਈ ਆਫੀਸ਼ੀਅਲ ਨੋਟੀ ਕੀਟ ਕਰਕੇ ਐਜੂਕੇਸ਼ਨਲ ਮਿਨਿਸਟਰ ਨੇ ਖੁਦ ਹੀ ਕਿਹਾ ਹੈ ਕਿ ਪੀਐਸ ਟੈਟ ਆਪਾਂ ਦੁਬਾਰਾ ਕੰਡਕਟ ਕਰਵਾਵਾਂਗੇ ਪੰਜਾਬ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼ ਐਂਡ ਸ਼ੇਅਰ ਕਰ ਦਿਓ ਸੈਸ਼ਨ ਨੂੰ ਜਿੰਨਾ ਹੋ ਸਕੇ ਸੋ ਥੈਟ ਜਿੰਨਾ ਬੱਚੇ ਹਲੇ ਤੱਕ ਨਹੀਂ ਪਤਾ ਬਈ ਕੋਮਰੇ ਨੇ ਇਦਾਂ ਹੀ ਉਹਨਾਂ ਤੱਕ ਵੀ ਇਹ ਗੱਲ ਜਿਹੜੀ ਇਹ ਪਹੁੰਚ ਜਾਵੇ ਥੈਂਕ ਯੂ ਸੋ ਮਚ